सत श्री अकाल जी, तुसी देख रहे हो अजीत टीवी ते, मैं हाँ नाव सिंह सिद्धू। जिते कि पंजाब सरकार के खिलाफ हर एक मुलाजम वर्ग वालों विरोध किया जा रहा है, उत्थे ही अपनी मंगा नूं लैके आंगनबाड़ी वर्करां वालों भी धरने प्रदर्शन शुरू हैं। सानूं दिखा दिए कि ये आंगनबाड़ी वर्कर आ जिहड़े वह लगातार धरने प्रदर्शन कर रहे हैं, क्योंकि जिहड़ियां इन्हां दियां हकी मंगा सी वह नहीं मनियां गईआं अते लगातार ਇਹ ਕਈ ਸਾਲਾਂ ਤੋਂ ਇਸ ਤਰ੍ਹਾਂ ਹੀ ਧਰਨੇ ਪ੍ਰਦਰਸ਼ਨ ਕਰਦੇ ਆ ਰਹੇ ਹਨ, ਪਰ ਸਰਕਾਰ ਵੱਲੋਂ ਇਹਨਾਂ ਦੀਆਂ ਮੰਗਾਂ ਮੰਨ ਕੇ ਵੀ ਉਹਨਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਹੈਗਾ। ਅਤੇ ਇਹਨਾਂ ਦਾ ਕਹਿਣਾ ਕਿ ਜਿਹੜੇ 5 ਸਾਲ ਤੱਕ ਦੇ ਬੱਚੇ ਸਨ ਉਹਨਾਂ ਨੂੰ ਪ੍ਰੀ ਨਰਸਰੀ ਵਿੱਚ ਹੀ ਲਿਆਂਦਾ ਜਾਵੇ ਅਤੇ ਉਹਨਾਂ ਨੂੰ ਆਂਗਣਵਾੜੀ ਵਰਕਰਾਂ ਕੋਲ ਪੜਾਉਣ ਲਈ ਦਿੱਤਾ ਜਾਵੇ ਜਾਂ ਇਹਨਾਂ ਨੂੰ ਪ੍ਰੀ ਨਰਸਰੀ ਦਾ ਦਰਜਾ ਦਿੱਤਾ ਜਾਵੇ। ਪਰ ਸਰਕਾਰ ਵੱਲੋਂ ਆਂਗਣਵਾੜੀ ਵਰਕਰਾਂ ਨੂੰ ਇਹ ਜਿਹੜਾ ਨਹੀਂ ਦਿੱਤਾ ਜਾ ਰਿਹਾ, ਇਸ ਕਰਕੇ ਇਹਨਾਂ ਵੱਲੋਂ ਲਗਾਤਾਰ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹੈ। ਅਤੇ ਅੱਜ ਇਹਨਾਂ ਵੱਲੋਂ ਬਠਿੰਡਾ ਸੈਕਟਰੀਏਟ ਤੋਂ ਚੱਲ ਕੇ ਜਿਹੜਾ ਇਹ ਰੋਸ ਮਾਰਚ ਹੈਗਾ ਇਹ ਕੀਤਾ ਜਾ ਰਿਹਾ ਹੈਗਾ। ਅਤੇ ਇਹ ਰੋਸ ਮਾਰਚ ਜਿਹੜਾ ਸ਼ਹਿਰ ਵਿੱਚ ਦੀ ਹੁੰਦਾ ਹੋਇਆ ਮੈਣਾ ਚੌਂਕ, ਧੋਬੀ ਬਾਜ਼ਾਰ, 5 ਗ੍ਰੇਡ ਚੌਂਕ ਹੁੰਦਾ ਹੋਇਆ ਵਾਪਸ ਇੱਥੇ ਆ ਕੇ ਹੀ ਸਮਾਪਤ ਹੋਵੇਗਾ। ਕਿਉਂਕਿ ਤੁਸੀਂ ਦੇਖ ਰਹੇ ਹੋ ਕਿ ਜਿਹੜਾ ਇਹਨਾਂ ਵੱਲੋਂ ਲਗਾਤਾਰ ਇਹ ਜਿਹੜੇ ਪ੍ਰਦਰਸ਼ਨ ਹੈ ਇਹ ਜਾਰੀ ਹੈ। ਅਤੇ ਇਹਨਾਂ ਦਾ ਕਹਿਣਾ ਹੈ ਕਿ ਜੇ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੇ ਦਿਨਾਂ ਵਿੱਚ ਇਸ ਦਾ ਖਮੀਜਾ ਸਰਕਾਰ ਨੂੰ ਭੁਗਤਣਾ ਪਵੇਗਾ। ਹਾਂਜੀ, ਮੈਂ ਹਰਗੋਬਿੰਦ ਕੌਰ, ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਸਟੇਟ ਦੀ ਪ੍ਰੈਜ਼ੀਡੈਂਟ, ਆਂਗਣਵਾੜੀ ਇੰਪਲਾਈਜ਼ ਫੈਡਰੇਸ਼ਨ ਆਫ ਇੰਡੀਆ ਦੀ ਕੌਮੀ ਪ੍ਰਧਾਨ। ਅਸੀਂ ਜਿਹੜਾ ਅੱਜ ਆਪਣਾ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਵਿੱਤ ਮੰਤਰੀ ਦੇ ਹਲਕੇ ਦੇ ਵਿੱਚ, ਕਿਉਂਕਿ ਅਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਲੜ ਰਹੇ ਹੈਗੇ ਹਾਂ ਅਤੇ ਸਰਕਾਰ ਸਾਡੀ ਗੱਲ ਨਹੀਂ ਸੁਣ ਲਈ ਲਗਾਤਾਰ, ਤੋਂ ਭਾਵ 5 ਸਾਲ ਹੋ ਗਏ। ਸਾਡੇ ਆਂਗਣਵਾੜੀਆਂ ਦੇ ਬੱਚੇ ਖੋਲ੍ਹੇ, ਇਹਨਾਂ ਨੇ ਨਰਸਰੀ ਟੀਚਰ ਦਾ ਦਰਜਾ ਜਿਹੜਾ ਸਾਨੂੰ ਮਿਲਣਾ ਚਾਹੀਦਾ ਸੀ, ਉਹ ਜਿਹੜੇ ਇਹਨਾਂ ਨੇ ਕੱਚੇ ਅਧਿਆਪਕ ਹੈਗੇ ਆ ਉਹਨਾਂ ਨੂੰ ਇਹ ਨਰਸਰੀ ਪ੍ਰੀ ਨਰਸਰੀ ਟੀਚਰ ਦਾ ਦਰਜਾ ਦੇ ਰਹੇ ਆ। ਤਾਂ ਸਾਡੀ ਮੰਗ ਹੈ ਕਿ ਸਾਡਾ ਜਿਹੜਾ ਕੱਚੇ ਆਪਣੇ ਕੱਚੇ ਅਧਿਆਪਕ ਵਾਲਾ ਤੁਸੀਂ ਟੈਸਟ ਵਗੈਰਾ ਲੈ ਰਹੇ ਹੋ ਉਹਨੂੰ ਨਾ ਲਓ, ਉਹਨਾਂ ਨੂੰ ਤੁਸੀਂ ਅਲੱਗ ਤੋਂ, ਉਹਨਾਂ ਨੇ ETT ਵਗੈਰਾ ਕੀਤੀ ਉਹਨਾਂ ਨੂੰ ਤੁਸੀਂ ਸਕੂਲ 'ਚ ਟੀਚਰ ਲਾਓ, ਪ੍ਰੀ ਨਰਸਰੀ ਟੀਚਰ ਜਿਹੜਾ ਹੈਗਾ ਐਨਟੀਟੀ ਦਾ ਦਰਜਾ ਸਾਨੂੰ ਦਿੱਤਾ ਜਾਵੇ। ਸੋ ਇਹ ਮੰਗ ਨੂੰ ਲੈ ਕੇ ਅਸੀਂ ਲੜ ਰਹੇ ਹਾਂ। ਅਸੀਂ ਪਹਿਲਾਂ ਮੁੱਖ ਮੰਤਰੀ ਦੇ ਹਲਕੇ 'ਚ ਆਪਣਾ ਰੋਸ ਮਾਰਚ ਕਰਕੇ ਆਏ ਹਾਂ, ਸਾਡੀ ਵਿਭਾਗੀ ਮੰਤਰੀ ਰਜ਼ੀਆ ਸੁਲਤਾਨਾ ਉਹਨਾਂ ਦੇ ਹਲਕੇ ਦੇ ਵਿੱਚ ਕਰਕੇ ਆਏ ਹਾਂ, ਅਤੇ ਹੁਣ ਅਸੀਂ ਅੱਜ ਬਠਿੰਡੇ ਪਹੁੰਚੀ ਹਾਂ, ਵਿੱਤ ਮੰਤਰੀ ਦੇ ਹਲਕੇ 'ਚ ਅਸੀਂ ਰੋਸ ਪ੍ਰਦਰਸ਼ਨ ਕਰ ਰਹੇ ਹਾਂ। ਤਕਰੀਬਨ 1 ਮਹੀਨੇ ਤੋਂ ਘੱਟ ਹੀ ਸਰਕਾਰ ਦਾ ਸਮਾਂ ਰਹਿ ਗਿਆ, ਲੱਗਦਾ ਵੀ ਤੁਹਾਨੂੰ ਤੁਹਾਡੀਆਂ ਮੰਗਾਂ ਪੂਰੀਆਂ ਕਰ ਦੇਣਗੇ ਜੀ? ਦੇਖੋ ਜੀ, ਅਸੀਂ ਤਾਂ 5 ਸਾਲ ਤੋਂ ਲੜ ਰਹੀਆਂ, ਸਾਨੂੰ ਤਾਂ ਹਰ ਰੋਜ਼ ਹੀ ਲੱਗਦਾ ਵੀ ਸ਼ਾਇਦ ਅੱਜ ਸਰਕਾਰ ਸੁਣ ਲੇ, ਅੱਜ ਸੁਣ ਲੇ, ਅਤੇ ਹੁਣ ਵੀ ਸਾਨੂੰ ਤਾਂ ਉਮੀਦ ਹੈਗੀ ਹੈ ਕਿ ਹੁਣ ਤਾਂ ਵੋਟਾਂ ਦੇ ਦੇਣਾ, ਹੁਣ ਤਾਂ ਸੁਣਨਾ ਚਾਹੀਦਾ, ਕਿਉਂਕਿ ਇਹਨਾਂ ਨੇ ਮੁੜ ਕੇ ਵੋਟਾਂ ਲੈਣੀਆਂ ਲੋਕਾਂ ਕੋਲੋਂ, ਲੋਕਾਂ 'ਚ ਜਾਣਾ ਇਹਨਾਂ ਨੇ। ਪ੍ਰਦਰਸ਼ਨਕਾਰੀਆਂ ਨਾਲ ਜਿਹੋ ਜਿਹਾ ਵਿਵਹਾਰ ਸੀ ਡਿਪਟੀ CM ਅਤੇ ਟਰਾਂਸਪੋਰਟ ਮੰਤਰੀ ਦਾ, ਉਹਨੂੰ ਵੇਖ ਕੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਇਹ ਤਾਂ ਬਹੁਤ ਮੰਦਭਾਗੀ ਗੱਲ ਹੈਗੀ ਹੈ ਜੀ। ਦੇਖੋ, ਜਿਹੜੇ ਕੱਚੇ ਕੰਮ ਹੈ ਜਿਨ੍ਹਾਂ ਨੂੰ ਕਹਿੰਦੇ ਸੀ 36,000 ਉਹ ਪੱਕੇ ਕਰਤੇ, ਉਹ ਕੋਈ ਵੀ ਕੰਮ ਪੱਕਾ ਨਹੀਂ ਹੋਇਆ, ਕੋਈ ਆਂਗਣਵਾੜੀ ਦਾ ਮਸਲਾ ਨਹੀਂ ਹੱਲ ਹੋਇਆ, ਕਿਸੇ ਟੀਚਰ ਯੂਨੀਅਨ ਦਾ ਮਸਲਾ ਨਹੀਂ, ਕਿਸੇ ਮੁਲਾਜ਼ਮ ਦਾ, ਅਤੇ ਲੋਕਾਂ ਨੇ ਤਾਂ ਰੌਲਾ ਪਾਉਣਾ ਹੀ ਹੈ। ਜੇ ਤੁਸੀਂ ਲੋਕਾਂ ਦੇ ਵਿੱਚ ਜਾਓਗੇ, ਲੋਕ ਤਾਂ ਆਪਦੀ ਗੱਲ ਤੁਹਾਡੇ ਕੋਲੋਂ ਮਨਵਾਉਣ ਦੀ ਕੋਸ਼ਿਸ਼ ਕਰਨਗੇ, ਤਾਂ ਇਹਨਾਂ ਨੂੰ ਪੋਲਾਈਟਲੀ ਰਹਿਣਾ ਚਾਹੀਦਾ, ਇਹਨਾਂ ਨੂੰ ਲੋਕਾਂ ਦੀ ਗੱਲ ਸੁਣਨੀ ਚਾਹੀਦੀ ਹੈ। ਇਹ ਗਲਤ ਗੱਲ ਹੈਗੀ ਹੈ ਕਿ ਜੇ ਵੋਟਾਂ ਦੇ ਦਿਨਾਂ ਦੇ ਵਿੱਚ ਇੰਨਾ ਹੰਕਾਰ ਹੈ ਤਾਂ ਫਿਰ ਜੇ ਦੁਬਾਰਾ ਲੋਕਾਂ ਨੇ ਇਹਨਾਂ ਨੂੰ ਵੋਟਾਂ ਪਾਤੀਆਂ ਫਿਰ ਕੀ ਕਰਨਗੇ, ਇਹ ਸੋਚ ਲੈਣਾ ਚਾਹੀਦਾ। ਦੇਖੋ ਜੀ, ਅਸੀਂ ਇਹ ਗੱਲ ਕਹਿਣੀ ਹੈ ਕਿ ਜਿਹੜੀਆਂ ਹੁਣ ਚੋਣਾਂ ਆ ਗਈਆਂ, ਜੇ ਸਰਕਾਰ ਨੇ ਸਾਡੀ ਗੱਲ ਨਹੀਂ ਸੁਣੀ ਤਾਂ ਜਿਹੜੀ ਇਹ ਕਾਂਗਰਸ ਦੀ ਸਰਕਾਰ ਨੇ ਸਾਨੂੰ 5 ਸਾਲ ਰੋਲਿਆ, ਤਾਂ ਇਹ ਸਰਕਾਰ ਨੂੰ ਆਉਣ ਦਾ ਕੋਈ ਅਧਿਕਾਰ ਨਹੀਂ, ਅਸੀਂ ਇਹਨਾਂ ਦਾ ਵਿਰੋਧ ਕਰਾਂਗੇ, ਅਸੀਂ ਇਹਨਾਂ ਨੂੰ ਵੋਟ ਨਹੀਂ ਦੇਵਾਂਗੇ। ਅੱਜ ਦਾ ਪ੍ਰਦਰਸ਼ਨ ਕਿਹੋ ਜਿਹਾ ਤੁਹਾਡਾ? ਅੱਜ ਦਾ ਸਾਡਾ ਰੋਸ ਪ੍ਰਦਰਸ਼ਨ ਹੈ ਜੀ, ਅਸੀਂ ਗਲੀਆਂ ਬਾਜ਼ਾਰਾਂ ਦੇ ਵਿੱਚ ਇਹਨਾਂ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਾਂਗੇ। ਬਠਿੰਡਾ ਤੋਂ ਅਜੀਤ ਟੀਵੀ ਲਈ ਨਾਇਬ ਸਿੰਘ ਸਿੱਧੂ ਦੀ ਰਿਪੋਰਟ। ਪੜ੍ਹਾਈ 'ਚ ਦਿਲ ਲੱਗਦਾ ਸੀ, ਨੰਬਰ ਚੰਗੇ ਆਉਂਦੇ ਸੀ, ਐਸੀ ਖੁੱਟੀ ਦੀ ਪ੍ਰੀ ਮੈਟ੍ਰਿਕ ਸਕਾਲਰਸ਼ਿਪ ਜੋ ਮਿਲਦੀ ਸੀ। ਬਾਪੂ ਮਜ਼ਦੂਰੀ ਕਰਦਾ, ਬੇਬੇ ਨੂੰ ਮਸਾਂ ਹੀ ਘਰਾਂ 'ਚ ਕੰਮ ਮਿਲਦਾ, ਪਰ ਮੈਂ ਖੁਸ਼ ਸੀ, 10ਵੀਂ 'ਚ ਸਾਈਕਲ ਮਿਲੂਗੀ ਅਤੇ ਪੋਸਟ ਮੈਟ੍ਰਿਕ ਐਸੀ ਵਜ਼ੀਫਾ ਵੀ। ਲੰਬੜਦਾਰਾ ਦੀ ਰਾਣੋ ਵਾਂਗ ਇੰਜੀਨੀਅਰ ਬਣਾਂਗੀ। ਪਰ ਸੁਪਨੇ ਸੁਪਨੇ ਹੀ ਰਹਿ ਗਏ, ਸਕਾਲਰਸ਼ਿਪ ਬੰਦ ਹੋ ਗਈ, ਸਕੂਲ ਛੁੱਟ ਗਿਆ, ਸਾਈਕਲ ਮਿਲੀ ਕੋਈ ਨਾ ਅਤੇ ਫੀਸ ਹੈ ਨਹੀਂ। ਹੁਣ ਮਾਂ ਨਾਲ ਘਰਾਂ 'ਚ ਕੰਮ ਕਰਨ ਜਾਂਦੀ ਹਾਂ,
आ दिता मैनू इस सरकार ने, हुण नहीं। मैं कह दिता बापू बेबे नू ऐतकी सबक सिखाउणा है, वोट पाउणी उहनां नू जिहड़े समझण साडे दर्दां नू।